ਟੀ20 ਵਿਸ਼ਵਕੱਪ 2024 ਦੇ ਸੁਪਰ 8 ਵਿੱਚ ਟੀਮ ਇੰਡੀਆ ਦਾ ਦੂਜਾ ਮੈਚ ਬੰਗਲਾਦੇਸ਼ ਨਾਲ ਹੈ। ਇਹ ਮੈਚ ਅੱਜ ਸ਼ਾਮ ਨੂੰ ਐਂਟੀਗੁਆ ਵਿੱਚ ਖੇਡਿਆ ਜਾਵੇਗਾ। ਭਾਰਤ ਨੇ ਪਿਛਲੇ ਮੈਚ ਵਿੱਚ ਅਫਗਾਨਿਸਤਾਨ ਨੂੰ ਹਰਾਇਆ ਸੀ। ਜੇਕਰ ਟੀਮ ਇੰਡੀਆ ਇਹ ਮੈਚ ਜਿੱਤ ਜਾਂਦੀ ਹੈ ਤਾਂ ਉਸ ਦੇ ਸੈਮੀਫਾਈਨਲ 'ਚ ਪਹੁੰਚਣ ਦੀਆਂ ਸੰਭਾਵਨਾਵਾਂ ਵੱਧ ਜਾਣਗੀਆਂ। ਪਰ ਟੀਮ ਦੇ ਸਾਹਮਣੇ ਤਿੰਨ ਅਜਿਹੀਆਂ ਚੁਣੌਤੀਆਂ ਨੇ ਭਾਰਤੀ ਓਪਨਰਸ ਉਸ ਨੂੰ ਚੰਗੀ ਸ਼ੁਰੂਆਤ ਨਹੀਂ ਦੇ ਪਾ ਰਹੇ। ਵਿਰਾਟ ਕੋਹਲੀ ਦੀ ਫਾਰਮ ਵੀ ਟੀਮ ਲਈ ਚੰਗਾ ਵਿਸ਼ਾ ਨਹੀਂ ਹੈ। ਕੋਹਲੀ ਇਸ ਵਾਰ ਟੀ20 ਵਿਸ਼ਵ ਕੱਪ 'ਚ ਬਤੌਰ ਓਪਨਰਸ ਖੇਡ ਰਹੇ ਨੇ, ਪਰ ਉਹ ਕਾਮਯਾਬ ਨਹੀਂ ਹੋਏ। ਇਹ ਪਹਿਲਾ ਕਾਰਨ ਹੈ ਜੋ ਭਾਰਤ ਨੂੰ ਸੈਮੀਫਾਈਨਲ ਤੋਂ ਦੂਰ ਰੱਖ ਸਕਦਾ ਹੈ। ਜੇਕਰ ਕੋਹਲੀ ਅਗਲੇ ਮੈਚਾਂ 'ਚ ਦੌੜਾ ਨਹੀਂ ਬਣਾ ਸਕੇ ਤਾਂ ਟੀਮ ਲਈ ਜਿੱਤ ਦਾ ਰਾਹ ਮੁਸ਼ਕਿਲ ਹੋ ਸਕਦਾ ਹੈ। ਕੋਹਲੀ ਆਇਰਲੈਂਡ ਖਿਲਾਫ 1 ਅਤੇ ਪਾਕਿਸਤਾਨ ਖਿਲਾਫ 4 ਦੌੜਾ ਬਣਾ ਕੇ ਆਊਟ ਹੋ ਗਏ ਨੇ। ਇਸ ਦੇ ਨਾਲ ਹੀ ਉਹ ਅਮਰੀਕਾ ਖਿਲਾਫ ਖਾਤਾ ਵੀ ਨਹੀਂ ਖੋਲ ਸਕੇ। ਉਸ ਨੇ ਅਫਗਾਨਿਸਤਾਨ ਖਿਲਾਫ ਸਿਰਫ 24 ਦੌੜਾਂ ਬਣਾਈਆਂ। ਟੀਮ ਇੰਡੀਆ ਦੇ ਓਪਨਰਸ ਦਾ ਫਲੋਪ ਹੋਣਾ ਇੱਕ ਚਿੰਤਾ ਦਾ ਵਿਸ਼ਾ ਹੈ। ਕੋਹਲੀ ਦੇ ਨਾਲ ਨਾਲ ਰੋਹਿਤ ਵੀ ਪਿਛਲੇ ਮੈਚਾਂ 'ਚ ਕੁਝ ਖਾਸ ਨਹੀਂ ਕਰ ਸਕੇ। ਉਸ ਨੇ ਆਇਰਲੈਂਡ ਖਿਲਾਫ ਅਜੇਤੂ ਅਰਧ ਸੈਂਕੜਾ ਲਗਾਇਆ। ਇਸ ਤੋਂ ਬਾਅਦ ਉਹ ਪਾਕਿਸਤਾਨ ਖਿਲਾਫ 13 ਦੌੜਾਂ ਬਣਾ ਕੇ ਆਊਟ ਹੋ ਗਏ। ਅਮਰੀਕਾ ਖਿਲਾਫ 3 ਦੌੜਾਂ ਅਤੇ ਅਫਗਾਨਿਸਤਾਨ ਖਿਲਾਫ 8 ਦੌੜਾਂ ਬਣਾ ਕੇ ਪਵੇਲੀਅਨ ਪਰਤੇ। ਟੀਮ ਇੰਡੀਆ ਕੋਲ ਕਈ ਆਲਰਾਊਂਡਰ ਖਿਡਾਰੀ ਨੇ, ਪਰ ਇਹਨਾਂ ਵਿੱਚੋਂ ਸਿਰਫ 1 ਜਾਂ 2 ਹੀ ਵਧੀਆ ਪ੍ਰਦਰਸ਼ਨ ਕਰ ਸਕਦੇ ਨੇ। ਰਵਿੰਦਰ ਜਡੇਜਾ ਦੀ ਗੱਲ ਕਰੀਏ ਤਾਂ ਉਹ ਪਲੇਇੰਗ 11 'ਚ ਰਹਿੰਦੇ ਨੇ, ਪਰ ਕੁਝ ਖਾਸ ਨਹੀਂ ਕਰ ਸਕੇ। ਜਡੇਜਾ ਬੱਲੇਬਾਜ਼ੀ ਦੇ ਨਾਲ ਨਾਲ ਗੇਂਦਬਾਜ਼ੀ 'ਚ ਵੀ ਫਲਾਪ ਰਹੇ ਨੇ। ਉਹ ਪਾਕਿਸਤਾਨ ਦੇ ਖਿਲਾਫ 0 'ਤੇ ਆਊਟ ਹੋਏ। ਅਫਗਾਨਿਸਤਾਨ ਖਿਲਾਫ 7 ਦੌੜਾਂ ਬਣਾ ਕੇ ਪਵੇਲੀਅਨ ਪਰਤਿਆ। ਜੇਕਰ ਅਫਗਾਨਿਸਤਾਨ ਖਿਲਾਫ ਲਈ ਗਈ 1 ਵਿਕਟ ਨੂੰ ਛੱਡ ਦਈਏ ਤਾਂ ਉਹਨਾਂ ਨੂੰ ਕੋਈ ਵੀ ਸਫਲਤਾ ਨਹੀਂ ਮਿਲੀ। ਬਿਊਰੋ ਰਿਪੋਰਟ, ਚੜ੍ਹਦੀ ਕਲਾ ਟਾਈਮ ਟੀਵੀ।